ਸ੍ਰੀ ਅਕਾਲ ਜੀ, ਅੱਜ ਅਸੀਂ ਸਭ ਤੋਂ ਸੌਖੇ ਤਰੀਕੇ ਨਾਲ ਆਲੂ ਦੇ ਪਰਾਂਠੇ ਬਣਾਉਣ ਜਾ ਰਹੇ ਹਾਂ। ਆਹ ਅਸੀਂ ਸਾਰਾ ਸਮਾਨ ਲਿਆ ਹੈ, ਆਹ ਪਿਆਜ, ਮਿਰਚਾਂ, ਅਦਰਕ, ਧਨੀਆ ਅਤੇ ਆਹ ਬੋਇਲ ਕੀਤੇ ਹੋਏ ਆਲੂ, ਆਹ ਸਾਰਾ ਮਸਾਲਾ, ਲੂਣ, ਲਾਲ ਮਿਰਚ, ਮਿਕਸ ਮਸਾਲਾ। ਹੁਣ ਇਹਨੂੰ ਅਸੀਂ ਸਾਰਿਆਂ ਨੂੰ ਮਿਕਸ ਕਰਾਂਗੇ। ਉਬਾਲ ਕੇ ਰੱਖੇ ਸੀ, ਥੋੜਾ ਚਿਰੇ ਹੋਇਆ, ਠੰਡੇ ਕਰਕੇ ਫੇਰ ਫੇਣੇ ਆ ਇਹ। ਫੇਰ ਕੇ ਇਹਦੇ ਵਿੱਚ ਪਹਿਲਾਂ ਪਿਆਜ ਪਾਉਣਾ, ਪਿਆਜ ਤੋਂ ਬਾਅਦ ਫੇਰ ਅਦਰਕ, ਅਦਰਕ ਥੋੜ੍ਹਾ ਜਿਹਾ ਅਦਰਕ ਪਾ ਲਓ, ਮਿਰਚ ਪਾ ਲਓ ਲੋੜ ਅਨੁਸਾਰ, ਥੋੜ੍ਹਾ ਜਿਹਾ ਧਨੀਆ ਪਾ ਲਓ, ਮਿਰਚ ਜ਼ਿਆਦਾ ਪੀਸੀ ਸੀ ਥੋੜ੍ਹੀ ਜਿਹੀ ਪਾਈ ਆ, ਲੋੜ ਅਨੁਸਾਰ ਲੂਣ ਪਾ ਲਓ, ਲੂਣ ਪਾ ਲਿਆ, ਫਿਰ ਮਸਾਲਾ ਧਨੀਏ ਵਾਲਾ ਮਿਕਸ ਕੀਤਾ ਹੋਇਆ ਹੈ ਉਹ ਵੀ ਲੋੜ ਅਨੁਸਾਰ ਪਾਉਣਾ ਹੈ, ਫਿਰ ਥੋੜ੍ਹੀ ਜਿਹੀ ਲਾਲ ਮਿਰਚ ਸਵਾਦ ਅਨੁਸਾਰ। ਹੁਣ ਮਿਕਸ ਕਰ ਲੈਣਾ ਇਹਨਾਂ ਨੂੰ, ਸਾਰਾ ਕੁਛ ਰਲਾ ਲੈਣਾ। ਜੇ ਗਰਮ ਰਲਾ ਲੈਂਦੇ ਤਾਂ ਫਿਰ ਬਸ ਲੇਸ ਜੀ ਛੱਡ ਦੇਣੀ ਸੀ, ਇਸ ਕਰਕੇ ਠੰਡੇ ਕਰਕੇ ਰਲਾਉਣੇ। ਐਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਥੋੜ੍ਹਾ ਚਿਰ ਇੱਦਾਂ ਹੀ ਰੱਖ ਲੈਣਾ, ਫਿਰ ਗੈਸ ਤੇਜ਼ ਕਰਨਾ, ਇੱਧਰ ਤਵਾ ਉੱਪਰ ਗਰਮ ਹੋ ਜਾਊਗਾ। ਇੱਧਰ ਅਸੀਂ ਆਟਾ ਗੁੰਨ ਕੇ ਥੋੜ੍ਹਾ ਜਿਹਾ ਰੱਖਿਆ ਹੋਇਆ ਹੈ, ਆਲੂ ਤਿਆਰ ਹੋ ਗਏ ਆ। ਹੁਣ ਅਸੀਂ ਪਰੌਂਠਾ ਬਣਾਉਣਾ ਜਾ ਰਹੇ ਹਾਂ, ਬਣਾਉਣ ਲੱਗੇ ਹਾਂ। ਚਮਚਾ
ਪਹਿਲਾਂ ਅਸੀਂ ਤਵੇ ਤੇ ਘੇ ਲਾ ਲਵਾਂਗੇ ਥੋੜਾ ਜਿਹਾ। ਨਾਲ ਨੀ ਚਿੰਬੜਦਾ, ਇਸ ਤਰ੍ਹਾਂ ਹੀ ਘੇ ਲਾਵਾਂਗੇ। ਚੰਗੀ ਤਰ੍ਹਾਂ ਇਸ ਤਰ੍ਹਾਂ ਰੜ ਜਾਏਗਾ। ਦੋਨਾਂ ਸਾਈਡ ਤੇ ਘੇ ਲਾ ਕੇ ਤਲ ਲਵਾਂਗੇ। ਸਾਡਾ ਪਰੌਂਠਾ ਤਿਆਰ ਹੋ ਗਿਆ। ਇਸ ਤਰ੍ਹਾਂ ਦੂਸਰਾ ਕਰਾਂਗੇ। ਇਸ ਤਰ੍ਹਾਂ ਹੀ ਤਲ ਲਵਾਂਗੇ। ਤਲ ਕੇ ਨਰਮ ਪੈ ਜਾਂਦਾ ਹੈ ਪਰੌਂਠਾ। ਹੁਣ ਅਸੀਂ ਪਲੇਟ ਵਿੱਚ ਸਜਾਵਾਂਗੇ। ਆਹ ਅਸੀਂ ਥੋੜਾ ਜਿਹਾ ਮੱਖਣ ਬਣਾਇਆ ਸੀ ਇਸ ਦੇ ਨਾਲ ਅਤੇ ਦਹੀਂ ਨਾਲ ਬਹੁਤ ਸਵਾਦ ਲੱਗਦਾ ਹੈ ਪਰੌਂਠਾ, ਆਲੂ ਕਾ ਪਰੌਂਠਾ ਨਰਮ।